ਲੜਾਈ ਜੰਪਾ ਪਪਤੰਗ ਇੱਕ ਛੋਟੀ ਜੀ ਵਿਅੰਗਾਤਮਕ ਰਚਨਾ ਲੈ ਕੇ ਤੁਹਾਡੇ ਅੱਗੇ ਪੇਸ਼ ਹੋ ਰਿਹਾ ਹਾਂ ਮੰਤਰਨੀ ਬੀਬੀ ਦਾ ਪਤੰਗਬਾਜ਼ੀ ਮੁਕਾਬਲੇ ਵਾਲਾ ਬਿਆਨ ਸੁਣ ਕੇ ਹੁਸ਼ਿਆਰ ਸਿਓ ਸਕੂਲਾਂੋਂ ਆਉਂਦਾ ਕਿਤਾਬਾਂ ਵਾਲਾ ਝੋਲਾ ਚਲਾ ਕੇ ਮਾਰਦਾ ਬੋਲਿਆ ਪਾਪਾ ਕੀ ਯਾਰ ਤੁਸੀਂ ਸਾਰਾ ਦਿਨ ਪੜ੍ਹਨਾ ਵਾਸਤੇ ਮੇਰੀ ਪੂਸ ਤੇ ਪੈਰ ਧਰੀ ਰੱਖਦੇ ਹੋ ਜੇ ਪੰਜਾਬ ਚੋਂ ਫਾਸਟ ਆ ਗਿਆ ਸਰਕਾਰ ਕਿੰਨਾ ਨਾਮ ਦੇਉ 51000 ਬਾਪੂ ਮਹਿੰਗਾ ਸਿਉਂ ਤੇ ਬੇਬੇ ਕਰਤਾਰਕ ਔਰ ਦੋਵੇਂ ਓ ਉਬੜਵਾਏ ਬੋਲੇ ਜਿਵੇਂ ਅਨਮੋਲ ਗਗਨਮਾਨ ਦਰਵਾਜ਼ੇ 'ਚ ਇੱਕ ਫੜੀ ਖੜੀ ਹੋਵੇ ਫਿਰ ਐਂ ਕਰੋ ਵੀ ਮੈਨੂੰ 10-15 ਬਜਾਰੂ ਪਤੰਗ ਤੇ 3-4 ਚਾਰ ਖੜੀਆਂ ਡੋਰ ਦੀਆਂ ਲੈ ਆ ਕੇ ਦਿਓ ਹੁਸ਼ਿਆਰ ਸਿਉਂ ਨੇ ਪੈਰ ਦੇ ਗੂਠੇ ਨਾਲ ਧਰਤੀ ਤੇ ਗੁੱਤੀ ਜੀ ਪੜਦਿਆਂ ਕਿਆ ਹੀ ਸੀ ਕਿ ਮਹਿੰਗਾ ਸਿਉਂ ਨੇ ਠਿੱਬੀ ਜਿਹੀ ਹੱਡੀ ਵਾਲਾ ਛੱਤਰ ਚਲਾਵਾ ਛੱਡਿਆ ਤੈਨੂੰ ਮੈਂ ਰਾਕਟ ਨਾਲ ਲੈ ਕੇ ਦੇ ਦਿਆਂ ਸਾਲਾ ਵੱਡਾ ਵਿਦਵਾਨ ਪੜਨ ਨੂੰ ਮੌਤ ਪੈਂਦੀ ਆ ਤੇ ਪਤੰਗ ਲੈ ਕੇ ਕੋਠਿਆਂ ਤੇ ਕੁੱਤੇ ਖਸੀ ਕਰੂਗੀ ਲਗੌੜ ਅਤੂੰ ਹੀ ਛਤਰੀ ਚੜਾਇਆ ਗਡੋਡੂ ਜੇ ਨੂੰ ਖਾ ਲਈ ਇਹਦੀਆਂ ਦਿੱਤੀਆਂ ਮੰਨੀਆਂ ਮਹਿੰਗਾ ਸਿਓ ਕਰਤਾਰਕੁਰ ਦੇ ਵੀ ਨਾਲ ਹੀ ਖੁਰੀਆਂ ਲਾ ਗਿਆ ਪਾਪਾ ਛੱਤਰ ਮੇਰੇ ਵੱਲ ਨਾ ਚਲਾਵਾ ਛੱਡ ਇਤਾਂ ਲੀਡਰਾਂ ਵੱਲ ਨੂੰ ਛੱਡ ਕੇ ਦਿਖਾਈ ਪੰਜਾਬ ਚੋਂ ਪੜ੍ਹਾਈ ਚ ਫਾਸਟ ਆਉਣ ਵਾਲੇ ਨੂੰ 51000 ਦਾ ਨਾਮ ਆ ਤੇ ਪਤੰਗ ਡਾਉਣ ਚ ਪਹਿਲਾ ਨਾਮ 5 ਲੱਖ ਦੇ ਨੂੰ ਤਿਆਰ ਫਿਰਦੇ ਆ ਮੁੰਡੇ ਦੀ ਅੱਧੀ ਗੱਲ ਸੁਣ ਕੇ ਹੀ ਮਹਿੰਗਾ ਸਿਓ ਦੇ ਮੂੰਹ ਹੇ ਮੇਰੇ ਨਿਕਲਿਆ ਤੇ ਘਰੋਂ ਬਾਹਰ ਨੂੰ ਹੋ ਤੁਰਿਆ